ਲਓ ਜੀ, ਹੋਰ 10 ਮਿੰਟ ਬਾਅਦ ਆਈ ਹਾਂ, ਤਾਂ ਦੇਖੋ ਬੇਟਾ ਕਹਿੰਦਾ ਮੰਮੀ ਦੇਖੋ ਬਾਹਰ ਬੇਬੀਜ਼ ਦੇਖੋ, ਉਹ ਦੇਖੋ ਕਿੰਨੇ ਕਿਊਟ ਹੈ। ਨਾਲ ਦੀ ਉਹਦੀ ਵਿੰਡੋ 'ਚ ਦੇਖਦੀ ਹਾਂ ਤੁਹਾਨੂੰ। ਆਹ ਦੇਖੋ ਦੇਖਦੇ ਤੁਹਾਨੂੰ, ਦੋਨੋਂ ਨੇ ਖੇਡਦੇ ਹੈ। ਹੁਣ ਇਹਨਾਂ ਨੇ ਨਾ ਉਡਾਰੀ ਮਾਰਨੀ ਹੈ, ਲਾਈਕ ਉੱਡਣ ਦੀ ਇਹਨਾਂ ਦੀ ਕੋਸ਼ਿਸ਼ ਹੈ। ਬਸ ਥੋੜ੍ਹੇ ਦਿਨਾਂ ਤੱਕ ਇਹ ਥੱਲੇ ਆ ਜਾਏਗੀ, ਆ ਜਾਣਗੇ ਬੱਚੇ, ਫਿਰ 2 ਕੁ ਦਿਨ ਥੱਲੇ ਰਹਿ ਕੇ ਫਿਰ ਉਡਾਰੀ ਮਾਰ, ਲਾਈਕ ਦੇ ਆਰ ਰੈਡੀ ਟੂ ਫਲਾਈ। ਆ ਦੇਖ ਲੈ, ਬਹੁਤ ਕਿਊਟ ਲੱਗਦੇ ਆ, ਦਿਲ ਕਰਦਾ ਇਹਨਾਂ ਨੂੰ ਦੇਖੀ ਜਾਓ। ਔਰ ਤੁਸੀਂ ਦੇਖੋ ਰੱਬ ਦੇ ਰੰਗ ਵੀ ਇਹਨਾਂ ਨੂੰ ਕੋਈ ਕੁਛ ਨਹੀਂ ਸਿਖਾਉਂਦਾ, ਕੁਦਰਤੀ ਪਰਮਾਤਮਾ। ਸਵੀਟੂ ਨੇ, ਸਵੀਟੂ ਦੋ, ਸਵੀਟੂ ਦੋ ਇਕੱਠੇ ਦਿਖਾਉਂਦੀ, ਮੈਂ ਬੜੇ ਦਿਨਾਂ ਦੀ ਕੋਸ਼ਿਸ਼ ਕਰ ਰਹੀ ਸੀ ਲੇਕਿਨ ਅੱਜ ਆ ਗਏ ਅੜੀ ਕੇ ਦੋ ਸਵੀਟੂ। ਇਕੱਠੇ ਖੇਲਦੇ ਆਵਾਜ਼ ਸੁਣਦੀ ਹੈ, ਇਹਦੀ ਮਾਂ ਦੀ ਆਵਾਜ਼ ਹੈ, ਕਿਉਂ ਕੂ ਕੂ ਕੂ, ਪਰ ਨਹੀਂ ਮੈਨੂੰ ਤਾਂ ਸੁਣ ਰਹੀ ਹੈ ਇਹ। ਮੈਂ ਵੈਸੇ ਵੀਡੀਓ ਅੰਦਰ ਬਣਾ ਰਹੀ ਹਾਂ, ਦਸਰਾ ਜੀ ਆਵਾਜ਼ ਸੁਣ ਰਹੀ ਹੈ। ਆ ਦੇਖਿਆ ਆਪਸ ਹੀ ਖੇਡਦੇ ਪਏ, ਬੁਲਾ ਰਹੀ ਇਹਨਾਂ ਦੀ ਮਦਰ। ਆਵਾਜ਼ ਆਈ ਤੁਹਾਨੂੰ? ਆਓ ਦੇਖੋ ਵਾਕ ਕਰਦੇ ਲੋਕ, ਉਹ ਨੀਚੇ ਘੁੰਮ ਰਹੀ ਹੈ। ਉਹ ਦੇਖੋ ਮੰਮੀ ਉਹਦੇ, ਓ ਮਾਈ ਗਾਡ, ਉਹ ਨੀਚੇ ਹੀ ਹੈ, ਨੀਚੇ ਬੁਲਾ ਰਹੀ ਹੈ। ਇਹਨਾਂ ਦੀ ਮੰਮ ਨੀਚੇ ਆ, ਉਹਨਾਂ ਨੂੰ ਬੁਲਾ ਰਹੀ ਹੈ ਵੀ ਥੱਲੇ ਉਤਰੋ। ਜ਼ਮੀਨ 'ਤੇ ਇਹਨਾਂ ਦੀ ਮਦਰ 'ਤੇ ਆਵਾਜ਼ਾਂ ਮਾਰਦੀ ਪਈ ਹੈ। ਕੋਸ਼ਿਸ਼ ਕਰਾਂਗੇ ਉਹਨੂੰ ਕੈਪਚਰ ਕਰਨ ਦੀ, ਕਿਉਂਕਿ ਮੈਂ ਉੱਥੇ ਜਾਂਦੀ ਦੇਖੀ ਸੀਗੀ। ਸੁਣ ਰਹੀ ਆਵਾਜ਼? ਮੈਨੂੰ ਸੁਣਦੀ ਪਈ ਹੈ। ਦੇਖੋ ਮਦਰ ਹੁਣੇ ਆ ਕੇ ਬੈਠੀ ਹੈ, ਥੱਲੇ ਬੁਲਾ ਰਹੀ ਸੀ ਇਹਨਾਂ ਨੂੰ ਤੇ ਹੁਣੇ ਆ ਗਈ। ਦੇਖੋ ਚੋਗਾ ਦੇ ਰਹੀ ਹੈ, ਪਹਿਲੇ ਨੀਚੇ ਬੁਲਾਉਂਦੀ ਰਹੀ ਕਿੰਨੀ ਦੇਰ, ਲੇਕਿਨ ਇਹ ਨਹੀਂ ਉਤਰੇ ਬੱਚੇ। ਜਦੋਂ ਭੁੱਖੇ ਹੁੰਦੇ ਆ ਨਾ, ਉਦੋਂ ਬੁਲਾਉਣ ਦੀ ਕੋਸ਼ਿਸ਼ ਕਰਦੀ ਵੀ ਆ ਜਾਓ ਤੁਸੀਂ ਥੱਲੇ, ਪਰ ਬੱਚੇ ਹਲੇ ਗਏ ਨਹੀਂ।
ਮੈਂ ਕੈਮਰਾ ਰੱਖ ਕੇ ਉੱਧਰ ਗਈ ਹਾਂ ਤਾਂ ਉੱਪਰ ਆ ਗਈ ਉਹ। ਬਹੁਤ ਔਖਾ ਹੈ ਵੀਡੀਓ ਉਹਦੇ ਵਿੱਚ ਸਾਰਾ ਕੁਝ ਕੈਪਚਰ ਕਰਨਾ। ਸੋ ਇਹ ਸਵੀਟੂ ਨੂੰ ਹੁਣ ਫੀਡ ਕਰ ਰਹੀ ਹੈ। ਪਿਜਨ ਮਿਲਕ ਦੇ ਨਾਲ ਫੀਡ ਕਰ ਰਹੀ ਹੈ। ਚੋਗਾ ਤਾਂ ਹਲੇ ਠਹਿਰ ਕੇ ਚੁਗਣਾ ਸਿੱਖਣਗੇ ਬੱਚੇ ਮੈਨੂੰ ਲੱਗਦਾ। ਦੇਖੋ ਸੋ ਬਿਊਟੀਫੁਲ। ਪੀਜਨ ਮਿਲਕ ਫੀਡ ਕਰਦੀ ਹੈ ਨਾ? ਹਾਂਜੀ ਹਾਂਜੀ ਹਾਂਜੀ। ਹਲੇ ਬਾਹਰੋਂ ਵੀ ਲਿਆ ਕੇ ਦੇਵੇਗੀ ਥੋੜ੍ਹੇ ਦਿਨਾਂ ਤੱਕ? ਨਹੀਂ, ਪਹਿਲੇ ਥੋੜ੍ਹੀ ਦੇਰ ਪਹਿਲਾਂ ਥੱਲੇ ਆਵਾਜ਼ਾਂ ਮਾਰ ਰਹੀ ਸੀਗੀ ਉੱਥੇ ਥੱਲੇ ਆ ਜਾਓ। ਹਾਂ ਬੇਬੀ ਜੀ, ਬੇਬੀਜ਼ ਨੂੰ ਥੱਲੇ ਉਤਾਰ ਰਹੀ ਸੀਗੀ ਲੇਕਿਨ ਉਹ ਉਤਰੇ ਨਹੀਂ। ਫਿਰ ਹਾਰ ਕੇ ਮੈਂ ਚਲੀ ਗਈ ਉੱਧਰ, ਮੇਰੀ ਬਾਂਹ ਥੱਕ ਗਈ। ਵਾਪਸ ਆਈ ਜਦੋਂ ਹੀ ਬਸ ਆਈ ਸੀਗੀ ਇਹ, ਫਿਰ ਹੁਣ ਫੀਡ ਕਰ ਰਹੀ ਹਾਂ। ਨਹੀਂ, ਕੋਸ਼ਿਸ਼ ਕਰੇਗੀ ਨੀਚੇ ਲਿਆਉਣ ਦੀ ਇਹਨਾਂ ਨੂੰ। ਹਾਂਜੀ ਹਾਂਜੀ, ਇੱਕ ਅੱਧੇ ਦਿਨ 'ਚ ਅੱਜ ਹੀ ਉੱਤਰ ਜਾਣ ਹੋ ਸਕਦਾ। ਮਨ ਤਾਂ ਲੱਗਦਾ ਇਹ ਅੱਜ ਜਾਂ ਕੱਲ੍ਹ 'ਚ ਇਹਨੇ ਉੱਤਰ ਜਾਣਾ ਬੱਚਿਆਂ ਨੇ। ਹਾਂ, ਦੇ ਆਰ ਰੈਡੀ, ਰੈਡੀ ਟੂ ਵੱਡੇ ਨੇ। ਅਰੇ ਇੰਨੇ ਕੀ ਹੁੰਦਾ ਜਦ ਨੀਚੇ ਉੱਤਰਦੇ? ਹਾਂ ਹਾਂ, ਤੁਸੀਂ ਬਣਾ ਰਹੇ ਇਸ ਟਾਈਮ ਵੀਡੀਓ? ਵੀਡੀਓ, ਹਾਂ ਵੀਡੀਓ ਬਣ ਰਹੀ। ਦੇ ਆਰ ਰੈਡੀ ਟੂ ਗੋ। ਹਾਂਜੀ, ਦੋ ਤਿੰਨ ਦਿਨ ਨੀਚੇ ਰਹਿਣਗੇ, ਦੂ ਤੀਜੇ ਦਿਨ ਉੱਡ ਜਾਣਗੇ। ਹਾਂ ਹਾਂ, ਬਹੁਤ ਫਾਸਟ ਕੁਇਕ। 14 14 ਦਿਨ ਦੇ ਹੁੰਦੇ ਆ ਅਤੇ ਟ੍ਰੀ 'ਤੇ ਉੱਡ ਕੇ ਬਹਿ ਜਾਂਦੇ ਆ। ਉਹਦੇ ਬਾਅਦ ਵੀ ਮਦਰ ਹੈਲਪ ਕਰਦੀ ਹੈ ਇਹਨਾਂ ਦੀ 10 ਤੋਂ 15 ਦਿਨ। ਹਾਂ, ਪਰ ਉਹ ਨਹੀਂ ਆਪਾਂ ਦੇਖਦੇ ਕਿਉਂਕਿ ਉਹ ਪਰੇ ਲੈ ਜਾਂਦੇ ਆ। ਪੇੜਾਂ 'ਤੇ ਇਹਨੂੰ ਚੋਗਾ ਦਿੰਦੀ ਹੈ ਨਾ? ਜੀ 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 ਜੀ। ਫਿਰ ਉਸ ਟਾਈਮ ਇਹ ਸੋਲਿਡ ਫੂਡ ਇਹਨਾਂ ਨੂੰ ਦਿੰਦੀ ਹੈ, ਚੋਗਾ, ਦਾਣਾ ਜਾਂ ਹੋਰ ਇਨਸੈਕਟਸ। ਪਰ ਆਪਾਂ ਨੂੰ ਤਾਂ ਬਸ ਆਹੀ 28 ਡੇਜ਼ ਦਾ ਜਿਹੜਾ ਇਹਨਾਂ ਦਾ ਸਾਈਕਲ ਹੈ ਇਹਦੇ ਬਾਰੇ ਹੀ ਪਤਾ ਹੈ ਆਪਾਂ ਨੂੰ, ਹੈ ਨਾ? ਹਾਂਜੀ, ਇਹ ਮਤਲਬ ਐਗ ਹੈਚ ਹੋਣ ਤੱਕ, ਆਂਡੇ ਦੇਣ ਤੋਂ ਬੱਚੇ ਨਿਕਲਦੇ ਆ 14 ਦਿਨ ਬਾਅਦ। ਹਾਂ, 14 ਦਿਨ ਹੀ ਇਹਦੇ 'ਚ ਰਹਿੰਦੇ ਆ ਨੈਸਟ ਦੇ ਵਿੱਚ। ਹਾਂ, 3 ਦਿਨ ਥੱਲੇ, 3 ਦਿਨ ਫਿਰ ਉਹਦੇ ਬਾਅਦ ਵੀ 10 ਦਿਨ ਹੋਰ, 15 10 12 ਦਿਨ। ਹਾਂ, ਜਦ ਤੱਕ ਇਹ ਆਪਣੇ ਪੈਰਾਂ 'ਤੇ ਖੜੇ ਹੋ ਜਾਂਦੇ ਖੜੇ ਹੋ ਜਾਂਦੇ ਨੇ ਜਦ ਤੱਕ ਇਹ ਦੂਜੇ ਆਂਡੇ ਰੱਖ ਦਿੰਦੀ। ਹਾਂ, ਦੂਜੇ ਆਂਡੇ ਤਾਂ ਇਹਨੇ ਹੋਰ 4 ਦਿਨ 5 ਦਿਨ ਨੂੰ ਰੱਖ ਦੇਣਾ, ਬਿਕੋਜ਼ ਫਿਰ ਉਹ ਫਾਦਰ ਜਾਂ ਮਦਰ, ਫਾਦਰ ਹੀ ਹੈ ਇੱਕ ਜਣਾ, ਉਹਨਾਂ ਦੀ ਟੇਕ ਕੇਅਰ ਕਰਦਾ ਰਹਿੰਦਾ ਬਾਹਰ, ਦੂਸਰਾ ਐਗਸ 'ਤੇ ਬਹਿੰਦਾ। ਉਹ ਦੇਖੋ ਫੈਦਰ ਸਟਿਕ ਕਰ ਰਹੇ ਆ ਉਹ। ਹਾਂਜੀ, ਉਡਣ ਦੀ ਤਿਆਰੀ ਆਹੀ ਕੁਛ ਕਰ ਰਹੇ ਆ ਸਵੇਰ ਦੇ। ਹਾਂ, ਦੇ ਆਰ ਪ੍ਰੀਪੇਅਰਿੰਗ ਟੂ ਫਲਾਈ। ਪਰ ਸੇਮ ਇਹਨਾਂ ਨੇ ਇਸ ਗਮਲੇ ਵਿੱਚ ਨਹੀਂ ਦੇਣੇ ਹੈਗੇ ਐਗ ਨਾ? ਨੋ, ਬਿਕੋਜ਼ ਇਹ ਗੰਦਾ ਹੋ ਜਾਂਦਾ ਨਾ, ਉਹਨਾਂ ਦੀਆਂ ਗਿੱਠਾਂ ਵਗੈਰਾ ਹੁੰਦੀਆਂ, ਫਿਰ ਇਨਫੈਕਸ਼ਨ ਦੇ ਚਾਂਸਸ ਹੁੰਦੇ ਆ। ਇਹਨਾਂ ਨੂੰ ਇੰਨੀ ਅਕਲ ਆ ਇਹਨਾਂ ਨੂੰ, ਕਿਉਂਕਿ ਇਹ ਗੰਦਾ ਹੋ ਗਿਆ ਆਲਰੇਡੀ, ਇਹਦੇ 'ਚ ਦੂਸਰੇ ਆਂਡੇ ਹੋਣਗੇ, ਉਹਨਾਂ ਨੂੰ ਹੋ ਸਕਦਾ ਵਾਇਰਲ ਇਨਫੈਕਸ਼ਨ ਹੋ ਜਾਵੇ ਜਾਂ ਬੈਕਟੀਰੀਅਲ ਇਨਫੈਕਸ਼ਨ ਹੋ ਜਾਵੇ। ਉਹਦੇ ਤੋਂ ਡਰਦੀ ਇਹਨੇ ਨਵੀਂ ਜਗ੍ਹਾ ਲੱਭਣੀ ਆ, ਹੋਰ ਸਾਡਾ ਕੋਈ ਦੂਜਾ ਗਮਲਾ ਖਰਾਬ ਕਰੂਗੀ ਜਿਹਦੇ 'ਚ ਪਲਾਂਟ। ਐਂਡ ਵੀ ਲੈਟ ਹਰ ਡੂ ਦੈਟ। ਨੋ, ਬਟ ਵੀ ਵਿਲ ਇਹਦੇ 'ਚ ਆਪਾਂ ਫਿਰ ਪਲਾਂਟ ਲਾ ਦਾਂਗੇ ਅਤੇ ਦੂਸਰੀ ਜਗ੍ਹਾ ਜਾਏਗੀ ਹੁਣ। ਹਾਂਜੀ, ਕਰਨ ਦੋ, ਕੋਈ ਨਹੀਂ, ਇਹਦਾ ਹੀ ਘਰ ਆ। ਸਹੀ ਗੱਲ ਹੈ, ਇਹਦਾ ਹੀ ਘਰ ਹੈ। ਪਰ ਅੱਛਾ ਲੱਗ ਰਿਹਾ ਨਾ, ਕਿੰਨੇ ਕਿਊਟ ਨੇ ਬੇਬੀਜ਼। ਲੈ 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 ਲੈ, ਓਏ ਹੋਏ ਹੋਏ ਹੋਏ, ਖੇਡੋ ਖੇਡੀਆਂ ਕਰਦੇ ਸੀ ਸਾਰੀ ਯਾਰ। ਸ਼ਵੀਤੂ ਮਿੱਠੂ ਆਦੇ ਖੇਡੀਆਂ ਕਰਦਾ ਸੀ ਸ਼ਵੀਤੂ ਨੰਨੀ ਪਰੀ ਦੇ ਨਾਲ, ਨੰਨੀ ਪਰੀ ਦੇ ਨਾਲ ਸ਼ਵੀਤੂ ਖੇਡੀ ਕਰਦਾ ਸੀਗਾ। ਆਹ ਦੇਖੋ, ਕਹਿੰਦਾ ਮੈਨੂੰ ਖਾਣ ਨੂੰ ਦੇ ਦੇ। ਔਰ ਨਾ ਅਸੀਂ ਹਮੇਸ਼ਾ ਨੋਟਿਸ ਕੀਤਾ, ਦੋ ਬੇਬੀਜ਼ ਦੇ ਵਿੱਚ ਨਾ ਇੱਕ ਬੇਬੀ ਹਮੇਸ਼ਾ ਭੁੱਖੜ ਰਹਿੰਦਾ, ਹਮੇਸ਼ਾ ਭੁੱਖੜ ਰਹਿੰਦਾ। ਹਾਂ, ਇਹ ਵੱਡਾ ਹੋਣਾ, ਇੱਕ ਬੱਚਾ ਹਮੇਸ਼ਾ 1 ਜਾਂ 2 ਦਿਨ ਵੱਡਾ ਹੁੰਦਾ ਦੂਜੇ ਨਾਲੋਂ, ਐਟਲੀਸਟ 1 ਡੇ, ਪਰ ਉਹਦੀ ਗਰੋਥ ਜ਼ਿਆਦਾ ਹੁੰਦੀ ਹੈ ਬਿਕੋਜ਼ ਉਹ ਫੂਡ ਜ਼ਿਆਦਾ ਮੰਗ ਕੇ ਖਾਈ ਜਾਂਦਾ। ਹਾਂ, ਬਹੁਤ ਮੰਗ ਕੇ ਖਾਂਦਾ ਦੇਖੋ, ਉਹਦੇ ਉਹਦੇ ਮਾਰੀ ਜਾਂਦਾ। ਮੈਨੂੰ ਦੇ, ਉਹ ਕਹਿੰਦਾ ਮੈਨੂੰ ਦੇ, ਉਹ ਕਹਿੰਦਾ ਮੈਨੂੰ ਦੇ, ਦੂਸਰੇ ਨਾਲ ਥੋੜ੍ਹਾ ਜਿਹਾ ਵੱਡਾ ਵੀ ਹੁੰਦਾ ਉਹ, ਪਰ ਜਦੋਂ ਗਰੋ ਇੱਕੋ ਜਿਹੇ ਹੋ ਜਾਂਦੇ ਆ ਫਿਰ ਬਾਅਦ 'ਚ। ਅਤੇ ਮੈਨੂੰ ਲੱਗਦਾ ਅੱਜ ਦੀ ਵੀਡੀਓ ਕਾਫੀ ਹੋ ਗਈ ਆ। ਥੈਂਕ ਯੂ ਸੋ ਮੱਚ, ਥੈਂਕਸ ਫੋਰ ਵਾਚਿੰਗ। ਵੀਡੀਓ ਅੱਛੀ ਲੱਗੀ ਤਾਂ ਸ਼ੇਅਰ ਵੀ ਕਰ ਦੇਣਾ ਸਾਰਿਆਂ ਦੇ ਨਾਲ। ਮੇਰੇ ਬਹੁਤ ਵਿਊਜ਼ ਨੇ, ਕੱਲ੍ਹ ਵੀਡੀਓ ਪੋਸਟ ਕੀਤੀ ਸੀ, ਉਹਨਾਂ ਦੇ ਬਹੁਤ ਅੱਛੇ ਅੱਛੇ ਕਮੈਂਟਸ ਆਏ ਨੇ, ਬਹੁਤ ਥੈਂਕ ਯੂ ਕਰਦੇ ਨੇ ਕਿ ਤੁਸੀਂ ਇਹਨਾਂ ਬਾਰੇ ਸਾਨੂੰ ਦਿਖਾਇਆ ਦੱਸਿਆ, ਅਤੇ ਮੈਂ ਵੀ ਐਪਰੀਸ਼ੀਏਟ ਕਰਦੀ ਹਾਂ
ਜਿਹੜੇ ਵੀਡੀਓਜ਼ ਦੇਖਦੇ ਨੇ ਔਰ ਮੈਨੂੰ ਦੁਬਾਰਾ ਕਮੈਂਟ ਕਰਕੇ ਦੱਸਦੇ ਨੇ ਮੈਂ, ਅਤੇ ਅੱਛਾ ਲੱਗਦਾ ਹੈ। ਅਤੇ ਅਸੀਂ ਲੱਕੀ ਹਾਂ ਵੀ ਚਲ ਸਾਡੇ ਘਰ ਦੇ ਸਾਹਮਣੇ ਗਮਲਾ ਸੀਗਾ ਅਤੇ ਇਹ ਆ ਗਈ ਘੁੱਗੀ ਆਈ, ਅਤੇ ਸਾਰਾ ਕੁਛ ਅਸੀਂ ਇਹਨਾਂ ਬਾਰੇ ਪੂਰੇ ਜੀਵਨ ਬਾਰੇ ਦੱਸ ਸਕੇ। ਅਤੇ ਥੈਂਕ ਯੂ ਸੋ ਮੱਚ। ਅਤੇ ਦਿਲ ਨਹੀਂ ਕਰ ਰਿਹਾ ਕੈਮਰੇ ਨੂੰ ਬੰਦ ਕਰਨਾ, ਪਰ ਮੈਨੂੰ ਕਰਾਂਗੀ, ਕੰਮ ਵੀ ਕਰਨ ਵਾਲੇ ਨੇ, ਚਾਹ ਪਾਣੀ ਵੀ ਪੀਣਾ ਹੁੰਦਾ ਹੈ ਅਤੇ ਹੱਥ ਵੀ ਦੁੱਖਣ ਲੱਗ ਜਾਂਦਾ। ਥੈਂਕ ਯੂ ਜੀ। ਇਹ ਵਾਲੀ ਵੀਡੀਓ ਵੀ ਮੈਂ ਅੱਜ ਪਾ ਦਾਂਗੀ, ਕੰਟੀਨਿਊ ਰੱਖਾਂਗੀ ਹੁਣ, ਕਿਉਂਕਿ ਕੱਲ੍ਹ ਵੀ ਮੈਂ ਘੁੱਗੀ ਵਾਲੀ ਪਈ ਸੀ, ਅੱਜ ਵੀ ਮੈਂ ਘੁੱਗੀ ਵਾਲੀ ਹੀ ਪਾ ਦੇਣੀ ਆ। ਠੀਕ ਹੈ ਜੀ, ਥੈਂਕ ਯੂ ਸੋ ਮੱਚ। ਜੇ ਕੁਛ ਨਿਆ ਅੱਜ ਮੈਨੂੰ ਹੋਏ ਲੱਗਿਆ ਤਾਂ ਮੈਂ ਇਹਦੇ ਵਿੱਚ ਜੋੜ ਦਾਂਗੀ, ਪਰ ਫਿਲਹਾਲ ਮੈਨੂੰ ਲੱਗਦਾ ਇੰਨਾ ਹੀ ਹੈ। ਬਾਏ ਸਵੀਟੂ, ਬਾਏ ਪਰੀ।